ਜੀ ਧਰ ਦਸਮੇਸ਼ ਪਿਤਾ ਜੀ ਦੀ ਬਖਸ਼ੀ ਹੀ ਫਤਿਹ ਕਰੋ ਜੀ ਬਲੰਦ ਗੱਜ ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀਆਂ ਬੇਟੀਆਂ ਨੂੰ ਕਰੀਏ ਇਕਾਗਰ ਤੇ ਲੈ ਚੱਲੀਏ ਨਸ਼ਹਿਰੇ ਦੇ ਮੈਦਾਨ ਦੇ ਵਿੱਚ ਜਿੱਥੇ ਬਾਬਾ ਅਕਾਲੀ ਫੂਲਾ ਸਿੰਘ ਦੇ 2000 ਅਕਾਲੀ ਸਿਪਾਹੀ ਤੇ ਦੂਸਰੇ ਪਾਸੇ ਨਜੀਮ ਖਾਨ ਦੀ 40,000 ਫੌਜ ਹੋਈ ਆਪੋ ਸਾਹਮਣੇ। ਬਾਬਾ ਜੀ ਨੇ ਕੀਤਾ ਅਕਾਲ ਪੁਰਖ ਨੂੰ ਯਾਦ, ਉਹਨਾਂ ਪੜਿਆ ਖੰਡ ਬਿਹੰਡਨ ਖਲਦਨ ਖੰਡਨ ਆਤਰਨ ਮੰਡਨ ਪਰਮੰਡਨ ਭੋਜਾਂਡੇ ਖੰਡਨ ਤੇਜ ਪ੍ਰਚੰਡਨ ਯੋਧ ਅਮੰਡਨ ਭਾਨ ਪ੍ਰਭੰ ਸੁਖ ਸੰਤਾ ਕਰਨ ਦੁਰਮਨ ਤਰਨੰ ਕਿਲਵ ਖਰਨੰ ਅਸਰਨੰ ਜੈ ਜੈ ਜੈਕਾਰਨ ਸ੍ਰੇਸ਼ਟ ਵਾਰਨ ਮਮ ਪ੍ਰਤਪਾਰਨ ਜੈ ਤੇਗੰ ਜੈ ਤੇਗੰ ਸ਼੍ਰੀ ਜੈ ਤੇਗੰ। ਛੱਡ ਕੇ ਬੋਲੇ ਸੋਨੇ ਹਾਲ ਦਾ ਜਕਾਰਾ ਜਾਲਮ ਦੀ ਫੌਜ ਉੱਤੇ ਕਹਿਰੀ ਹੱਲਾ ਬੋਲਿਆ ਘਮਸਾਣ ਦਾ ਜਦ ਹੁੰਦਿਆਂ ਦੇ ਕਿਉਂ ਪ੍ਰਤੀਤ ਹੁੰਦਾ ਕਿ ਜੰਗ ਵਿੱਚ ਯੋਧਿਆਂ ਦੇ ਤੀਰ ਪੈ ਚੱਲਦੇ ਨੇ ਆਪੋ ਵਿੱਚ ਖਹਿਣ ਤੇ ਆਵਾਜ਼ ਆਵੇ ਕਾਂਡ ਕਾਂਡ ਕਿਸੇ ਦੇ ਹੱਥ ਵਿੱਚ ਫੜਿਆ ਤੋਂ ਧਾਰਾ ਖੰਡਾ ਕੋਈ ਛੱਡੇ ਤੀਰ ਨੂੰ ਕਮਾਨ ਉੱਤੇ ਚਾੜ ਚਾੜ ਕੋਈ ਲਲਕਾਰੇ ਕੋਈ ਕਿਸੇ ਉੱਤੇ ਵਾਰ ਕਰੇ ਡਿੱਗਦੇ ਨੇ ਸੂਰਮੇ ਜ਼ਮੀਨ ਉੱਤੇ ਤਾੜ ਤਾੜ ਉਹ ਡਾਕਟਰ ਕੋਈ ਕੱਢਦਾ ਏ ਟੀਕਾ ਜਿਵੇਂ ਨਾੜ ਵਿੱਚ ਬਿੰਨੀ ਜਾਵੇ ਤੀਰਾਂ ਨਾਲ ਸੂਰਮਿਆਂ ਦੀ ਨਾੜ ਨਾੜ ਬਿੰਨੀ ਜਾਵੇ ਤੀਰਾਂ ਨਾਲ ਸੂਰਮਿਆਂ ਦੀ ਨਾੜ ਨਾੜ ਆ
ਖਾਲਸਾ।